ਭਗਵੰਤ ਮਾਨ ਦੇ ਮੰਤਰੀਆਂ ਵੱਲੋਂ ਅੱਜ ਆਪਣੇ ਮਹਿਕਮੇ ਦਾ ਅਹੁਦਾ ਸੰਭਾਲਿਆ ਗਿਆ। ਇਸ ਤਹਿਤ ਹਰਪਾਲ ਸਿੰਘ ਚੀਮਾ ਜੋ ਵਿੱਤ ਮੰਤਰੀ ਨੇ ਤੇ ਉਹਨਾਂ ਕੋਲ ਰੈਵਨਿਊ ਤੇ ਐਕਸਾਈਜ਼ ਵਿਭਾਗ ਵੀ ਹੈ, ਉਹਨਾਂ ਵੱਲੋਂ ਵੀ ਆਪਣਾ ਕਾਰਜਭਾਰ ਸੰਭਾਲਿਆ ਗਿਆ। ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਜੋ ਆਮ ਆਦਮੀ ਪਾਰਟੀ ਵੱਲੋਂ ਗਰੰਟੀਆਂ ਦਿੱਤੀਆਂ ਗਈਆਂ ਸੀ ਉਸ ਨੂੰ ਪੂਰਾ ਕਰਨਾ ਪਹਿਲਾਂ ਉਹਨਾਂ ਦੀ ਤਰਜੀਹ ਹੋਏਗੀ ਤੇ ਨਾਲ ਹੀ ਬੇਫਜ਼ੂਲ ਖਰਚਿਆਂ ਨੂੰ ਵੀ ਘੱਟ ਕੀਤਾ ਜਾਏਗਾ। ਦੇਖੀਏ ਜੋ ਗਰੰਟੀਆਂ ਜਿਹੜੀਆਂ ਗਰੰਟੀਆਂ ਆਮ ਆਦਮੀ ਪਾਰਟੀ ਵੱਲੋਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਦਿੱਤੀਆਂ ਗਈਆਂ ਨੇਗੀਆਂ ਉਹ ਸਾਰੀਆਂ ਪ੍ਰਾਇਓਰਟੀਜ਼ ਰਹਿਣਗੀਆਂ। ਬਿਲਕੁਲ ਬੜੀ ਜਲਦ ਜਿਹੜਾ ਹੈਗਾ ਅੱਜ ਵੋਟਾਂ ਨੂੰ ਕਾਉਂਟ ਸੀਗਾ। ਅੱਜ ਤੋਂ ਬਾਅਦ 3 ਮਹੀਨਿਆਂ ਦੇ ਵਿੱਚ ਅਸੀਂ ਸਾਰੀਆਂ ਉਹਨਾਂ ਜਿੰਨੀਆਂ ਪ੍ਰਾਇਓਰਟੀਜ਼ ਨੇ ਉਹਨਾਂ 'ਤੇ ਅਸੀਂ ਬੈਠ ਕੇ ਕੰਮ ਕਰਾਂਗੇ, ਸਾਰੀਆਂ ਮੀਟਿੰਗਸ ਹੋਣਗੀਆਂ ਆਫਿਸਰ ਸਾਹਿਬਾਨ ਦੇ ਨਾਲ, ਔਰ 3 ਮਹੀਨਿਆਂ ਬਾਅਦ ਜਿਹੜਾ ਪੰਜਾਬ ਦਾ ਬਜਟ ਜਿਹੜਾ ਹੈਗਾ ਉਹ ਪੇਸ਼ ਕੀਤਾ ਜਾਊਗਾ। ਔਰ ਉਸ ਤੋਂ ਬਾਅਦ ਜਿੰਨੀਆਂ ਵੀ ਮੈਂ ਵਾਰ ਵਾਰ ਕਹਿ ਰਿਹਾ ਕਿ ਜਿੰਨੀਆਂ ਵੀ ਗਰੰਟੀਆਂ ਦਿੱਤੀਆਂ ਨੇਗੀਆਂ ਉਹਦੇ 100% ਅਸੀਂ ਪੂਰਨ ਤੌਰ 'ਤੇ ਸਾਡੀ ਸਮੁੱਚੀ ਟੀਮ, ਸਾਰੇ ਆਫਿਸਰ ਸਾਹਿਬਾਨ, ਸਾਰੀ ਕੈਬਨਿਟ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅਸੀਂ ਬਿਲਕੁਲ ਖਜ਼ਾਨਾ ਜਿਹੜਾ ਹੈਗਾ ਉਹਨੂੰ ਭਰਾਂਗੇ ਔਰ ਕੰਮ ਕਰਾਂਗੇ, ਔਰ ਜਿਹੜੇ ਬੇਲੋੜੇ ਟੈਕਸ ਨੇਗੇ, ਸੋਰੀ ਜਿਹੜੇ ਬੇਲੋੜੇ ਖਰਚੇ ਨੇਗੇ, ਜਿਹੜੇ ਬੇਲੋੜੇ ਖਰਚੇ ਨੇ ਘਟਾਵਾਂਗੇ, ਔਰ ਟੈਕਸ ਦਾ ਪੈਸਾ ਜਿਹੜਾ ਹੈਗਾ ਉਹ ਸਾਰਾ ਖਜ਼ਾਨੇ 'ਚ ਆਊਗਾ ਤਾਂ ਕਿ ਕੋਈ ਵੀ ਕਿਤੇ ਵੀ ਮਿਸਯੂਜ਼ ਨਹੀਂ ਹੋਊਗਾ, ਕਿਤੇ ਵੀ ਦੁਰਵਰਤੋਂ ਨਹੀਂ ਹੋਊਗੀ, ਔਰ ਪੈਸੇ ਦਾ ਸਦਉਪਯੋਗ ਹੋਊਗਾ।